ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਟੜਟੜੇ ਆਪਣੇ ਚੈਨਲ ਐਮਐਸਬੀਯੂ ਸਟਡੀ 4 ਚਾਉ ਦੇ ਵਿੱਚ ਔਰ ਗੱਲ ਕਰਾਂਗੇ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫੀਸਰ ਪਟਿਆਲਾ ਦੇ ਬਲੇ ਜਿਹੜੀ ਕੁਝ ਖਾਸ ਜਿਹੜੀ ਵੈਕੈਂਸੀ ਤੁਹਾਡੇ ਲਈ ਲੈ ਕੇ حاضر ਹੋਇਆ ਔਰ ਪਰਤੀ ਲਈ ਜਿਹੜਾ ਇਸਤਿਹਾਰ ਦਿੱਤਾ ਗਿਆ ਔਰ ਕੌਣ ਕੌਣ ਅਪਲਾਈ ਕਰ ਸਕਦਾ ਔਰ ਲਾਸਟ ਡੇਟ ਕੀ ਹੋ ਰਹੀ ਹੈ ਔਰ ਕਿਸ ਤਰ੍ਹਾਂ ਅਪਲਾਈ ਪ੍ਰੋਸੈਸ ਹੋ ਗਿਆ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਜੋ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਤੇ 올 ਇੰਡੀਆ 올 ਪੰਜਾਬ ਦੀ ਜਿਹੜਾ ਜੋਬ ਨਾਲ ਸੰਬੰਧ ਸਟਡੀ ਦਫਤਰ ਜ਼ਿਲ੍ਹਾ ਪ੍ਰੋਗਰਾਮ ਆਫੀਸਰ ਇਸਤਰੀ ਬਾਲ ਵਿਕਾਸ ਵਿਭਾਗ ਪਟਿਆਲਾ ਵਿਖੇ ਸਖੀ 1 ਸਟਾਪ ਸੈਂਟਰ ਸਕੀਮ ਦੇ ਤਹਿਤ ਜਿਹੜਾ ਨਰੋਲ ਠੇਕੇ ਦੇ ਆਧਾਰ ਤੇ ਕੁਝ ਅਸਾਮੀਆਂ ਜਿਹੜੀਆਂ ਬਿਨੇ ਪੱਤਰਾਂ ਤੋਂ ੜੀ ਮੰਗ ਕੀਤੀ ਗਈ ਹੈ ਕਿ ਸੈਂਟਰਲ ਐਡਮਿਨਿਸਟ੍ਰੇਟਰ ਦੀ ਵੈਕੈਂਸੀ ਹੈ 1 25000 ਪਰ ਮਹੀਨਾ ਤੇ ਜਿਹੜੀ ਸੈਲਰੀ ਦਿੱਤੀ ਹੈਗੀ ਬਹੁਤ ਹੀ ਵਧੀਆ ਔਰ ਅਗਲੀ ਵੈਕੈਂਸੀ ਕਿਹਾ ਇਹ ਓਨਲੀ ਫੀਮੇਲਜ਼ ਲਈ ਹੈ ਅਗਲੀ ਕੇਸ ਵਰਕਰ ਦੀ ਓਨਲੀ ਫੀਮੇਲ ਦੀ ਹੈ ਦੋ ਹੀ ਵੈਕੈਂਸੀ ਹੋਏਗੀ ਔਰ 12000 ਪਰ ਮਹੀਨਾ ਦੀ ਸੈਲਰੀ ਮਿਲ ਜਾਏਗੀ ਲਾਇਰ ਦੀ ਪੋਸਟ ਹੈਗੀ ਹੈ ਪੈਰਾ ਲੀਗਲ ਪਰਸਨਲ ਦੇ ਵਿੱਚ ਫੀਮੇਲ ਲਈ ਓਨਲੀ ਔਰ ਦੋ ਇੱਕ ਵੈਕੈਂਸੀ ਹੋਏਗੀ ਔਰ ਠੀਕ ਹੈ ਜਿਸ ਦੇ ਵਿੱਚ 16000 ਪਰ ਮਨਥ ਸੈਲਰੀ ਮਿਲ ਜਾਏਗੀ ਔਰ ਕਾਉਂਸਲਰ ਦੀ ਪੋਸਟ ਹੋਏਗੀ ਔਰ ਸਾਰੀਆਂ ਪੋਸਟਾਂ ਫੀਮੇਲ ਦੇ ਲਈ ਹੈਗੀਆਂ ਲਗਭਗ ਇੱਕ ਇੱਕ ਹੋਏਗੀ ਔਰ 15000 ਪਰ ਮਨਥ ਸੈਲਰੀ ਮਿਲ ਜਾਏਗੀ ਔਰ ਅਰਜ਼ੀਆਂ ਪ੍ਰਾਪਤ ਕਰਨ ਲਈ ਜਿਹੜੀ ਆਖਰੀ ਮਿਤੀ 20 ਦਸੰਬਰ 2019 ਹੋਗੀ ਸ਼ਾਮ 5:00 ਵਜੇ ਤੱਕ ਔਰ ਤੁਹਾਡੇ ਕੋਲ ਕਾਫੀ ਦਿਨ ਹੈਗੇ ਨੇ ਠੀਕ ਹੈ ਸਪੋਸਟਲੀ ਅਪਲਾਈ ਕਰ ਸਕਦੇ ਹੋ ਤੁਸੀਂ ਭਰਤੀ ਦੀਆਂ ਸ਼ਰਤਾਂ ਤੇ ਬੰਨ ਅਤੇ ਲੋਹੜੀ ਦੇ ਵਿਦਿਆਕ ਯੋਗਤਾ ਲਈ ਜਿਹੜਾ ਜ਼ਿਲ੍ਹਾ ਟਿਆਲਾ ਦੀ ਜਿਹੜੀ ਸਰਕਾਰੀ ਵੈਬਸਾਈਟ ਹੈਗੀ ਹੈ ਉਸ ਤੇ ਜਾ ਕੇ ਤੁਸੀਂ ਲੌਗਇਨ ਕਰ ਸਕਦੇ ਹੋ ਔਰ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਇਸ ਤਰ੍ਹਾਂ ਦੇ ਨਵੀਆਂ ਚੈਨਲ ਇੰਡੀਆ ਆਲ ਪੰਜਾਬ ਦੇ ਜੋਰ ਨਾਲ ਸਟ੍ਰੈਂਜ ਨਾਲ ਤੁਹਾਨੂੰ ਮਿਲਦੇ ਰਹਿਣੇ ਥੈਂਕ ਯੂ ਸਟੂਡੈਂਟ ਟੇਕਰ ਬਾਏ